ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਤੇ ਲੱਗੇ GST ਨੂੰ ਖਤਮ ਕਰਾਉਣ ਲਈ ਪਿਛਲੇ 3 ਦਿਨਾਂ ਤੋਂ TMC ਪਾਰਟੀ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਤੀਜੇ ਦਿਨ ਵੀਰਵਾਰ ਨੂੰ ਇਸ ਭੁੱਖ ਹੜਤਾਲ ਵਿੱਚ ਅੰਮ੍ਰਿਤਸਰ ਤੋਂ MP ਗੁਰਜੀਤ ਸਿੰਘ ਔਜਲਾ ਵੀ ਪੁੱਜੇ ਸਨ। ਇਸ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਨੇ ਧੱਕੇ ਰਾਹੀਂ ਭੁੱਖ ਹੜਤਾਲ ਤੇ ਬੈਠੇ ਲੋਕਾਂ ਨੂੰ ਉੱਥੋਂ ਦੜਾ ਦਿੱਤਾ। ਪੁਲਿਸ ਕਰਮਚਾਰੀਆਂ ਨੇ ਭੁੱਖ ਹੜਤਾਲ ਤੇ ਬੈਠੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਹਨਾਂ ਨਾਲ ਬਦਸਲੂਕੀ ਕੀਤੀ। ਇਹ ਸਾਰੀ ਵਾਰਦਾਤ ਮੀਡੀਆ ਦੇ ਕੈਮਰੇ ਵਿੱਚ ਕੈਦ ਹੋਈ ਹੈ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਧਰਨਾ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਕਈ ਥਾਵਾਂ ਮਿੱਥੀਆਂ ਗਈਆਂ ਹਨ ਜਿੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਇਸ ਥਾਂ ਤੇ ਧਰਨਾ ਨਹੀਂ ਲੱਗਣ ਦਿੱਤਾ ਜਾਵੇਗਾ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਧਰਨਾ ਪਿਛਲੇ 2 ਦਿਨ ਤੋਂ ਇਸੇ ਥਾਂ ਤੇ ਹੀ ਚੱਲ ਰਿਹਾ ਸੀ, ਪਰ ਪੁਲਿਸ ਨੇ ਪਹਿਲਾਂ ਐਕਸ਼ਨ ਕਿਉਂ ਨਹੀਂ ਲਿਆ? ਐਸਪੀ ਸਾਹਿਬ ਆਉਣ ਡਿਆ, ਐਸਪੀ ਸਾਹਿਬ ਆ ਰਹੇ ਨੇ, ਉਹਨਾਂ ਦੇ ਆਉਣ ਤੇ ਫਿਰ ਗੱਲ ਕਰਾਂਗੇ। ਪ੍ਰੋਬਲਮ ਇੱਥੇ ਨਹੀਂ ਬੈਠ ਸਕਦੇ, ਇਹਨਾਂ ਨੂੰ ਪਰਮਿਸ਼ਨ ਗੈਲਰੀ ਦੇ ਵਿੱਚ ਬੈਠਣ ਦੀ ਨਹੀਂ ਦਿੱਤੀ ਗਈ ਸੀ, ਇਹਨਾਂ ਨੂੰ ਸਿਰਫ ਪ੍ਰੋਟੈਕਟ ਕਰਨ ਵਾਸਤੇ ਦਿੱਤੀ ਗਈ ਸੀ। ਇਹ ਬੈਠ ਗਏ, ਇਸ ਕਰਕੇ ਇਹਨਾਂ ਨੂੰ ਉਠਾ ਰਹੇ ਹਾਂ। 3 ਦਿਨ ਹੋ ਗਏ ਬੈਠਿਆਂ ਨੂੰ, ਇਹਨਾਂ ਦੀ ਪਰਮਿਸ਼ਨ ਨਹੀਂ। ਮੈਂ ਤੇ ਦੇਖੇ ਨੇ MP ਸਾਹਿਬ, ਮੈਂ ਨਹੀਂ ਦੇਖੇ। MP ਸਾਹਿਬ ਆਏ, ਉਹਨਾਂ ਦੀ ਆਪਣੀ ਨਿੱਜੀ ਉਹ ਆ ਸਕਦੇ ਆ, ਮੈਂ ਉਹਨਾਂ ਨੂੰ ਥੋੜੀ ਰੋਕ ਸਕਦੀ ਹਾਂ। ਅਸੀਂ ਤਾਂ ਲਾ ਐਂਡ ਆਰਡਰ ਨੂੰ ਕਾਇਮ ਰੱਖਣਾ ਸਾਡੀ ਡਿਊਟੀ ਬਣਦੀ ਹੈ। ਅਗਰ ਨਹੀਂ ਉੜਦੇ ਫਿਰ ਨਹੀਂ ਉੜਦੇ ਤੇ ਪ੍ਰੋਟੈਕਟ ਕਰਕੇ ਉਠਾ ਲਾਂਗੇ, ਸਾਨੂੰ ਜੋ ਹੁਕਮ ਮਿਲੇਗਾ ਉਹਦੇ ਮੁਤਾਬਕ ਉਠਾ ਲਾਂਗੇ। ਮੈਂ ਮਨਜੀਤ ਸਿੰਘ ਜੀ, ਤ੍ਰਿਣਮੂਲ ਕਾਂਗਰਸ ਪਾਰਟੀ ਪੰਜਾਬ ਦਾ ਕਨਵੀਨਰ। ਪੁਲਿਸ ਧੱਕਾ ਕਰਨ ਦੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੱਸੋ ਜੀ। ਅਸੀਂ ਜ਼ਬਰ ਦਾ ਸਬਰ ਨਾਲ ਮੁਕਾਬਲਾ ਕਰਾਂਗੇ ਜੀ। ਅਸੀਂ ਇੱਥੇ ਬੈਠੇ ਹਾਂ, ਸਾਨੂੰ ਪ੍ਰਸ਼ਾਸਨ ਧੱਕੇ ਨਾਲ ਲੈ ਜਾਵੇ, ਅਸੀਂ ਆਪਣੀ ਮਰਜ਼ੀ ਨਾਲ ਨਹੀਂ ਉੱਠਦੇ। ਅਸੀਂ ਭੁੱਖ ਹੜਤਾਲ ਤੇ ਲਗਾਤਾਰ ਬੈਠੇ ਹਾਂ। ਉਹਨਾਂ ਦਾ ਕਹਿਣਾ ਕਿ ਪਰਮਿਸ਼ਨ ਨਹੀਂ ਲੈ ਕੇ ਬੈਠੇ ਤੁਸੀਂ? ਨਹੀਂ ਜੀ, ਪਰਮਿਸ਼ਨਾਂ ਸਰਕਾਰਾਂ ਕਦੇ ਪਰਮਿਸ਼ਨ ਦਿੰਦੀਆਂ ਹੁੰਦੀਆਂ ਨੇ? ਸਰਕਾਰ ਜੇ ਸਰਕਾਰ ਦੇ ਕੋਲ ਇੰਨੇ ਅਧਿਕਾਰ ਨੇ ਪਰਮਿਸ਼ਨਾਂ ਦੇ, ਸਰਕਾਰ GST ਬੰਦ ਕਰਾ ਦੇਵੇ, ਅਸੀਂ ਉੱਠ ਜਾਂਦੇ ਹਾਂ, ਸਾਡਾ ਕੋਈ ਰੌਲਾ ਹੀ ਨਹੀਂਗਾ। ਸਰਕਾਰ GST ਬੰਦ ਕਰਾ ਦੇਵੇ, ਸਰਕਾਰ ਇਹ ਪੁਲਿਸ ਪ੍ਰਸ਼ਾਸਨ DCP ACP ਜਿਹੜੇ ਵੀ ਨੇ ਉਹ ਗਰੰਟੀ ਲੈਣ, ਉਹ ਸਾਨੂੰ ਵਾਅਦਾ ਕਰਨ ਇਹ ਕਿ GST ਬੰਦ ਕਰਵਾ ਦੇਵਾਂਗੇ। ਕੋਈ ਸਰਕਾਰੀ ਅਫਸਰ, ਕੋਈ ਸਰਕਾਰੀ ਭਾਜਪਾ ਸਰਕਾਰ ਦਾ ਕੋਈ ਅਹੁਦੇਦਾਰ ਆਵੇ, ਉਹ ਸਾਡੇ ਨਾਲ ਆ ਕੇ ਕਮਿਟਮੈਂਟ ਕਰੇ, ਫਿਰ ਅਸੀਂ ਸੋਚਾਂਗੇ। ਅਗਰ ਧੱਕਾ ਹੋਇਆ ਤੁਹਾਡੇ ਨਾਲ, ਪੁਲਿਸ ਧੱਕੇ ਨਾਲ ਸੁਣਦੀ ਹੈ? ਨਹੀਂ, ਧੱਕਾ ਹੋਊਗਾ ਕੋਈ ਗੱਲ ਨਹੀਂ, ਅਸੀਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ ਜੀ। ਬਿਊਰੋ ਰਿਪੋਰਟ, ਪੰਜਾਬ ਟੂਡੇ।